ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਆ ਸਾਰਿਆਂ ਨੂੰ? ਕਾਇਮ ਆ ਜੀ। ਜਿਹੜੀ ਤੁਹਾਨੂੰ ਅੱਜ ਚੀਜ਼ ਦਿਖਾਉਣੀ ਆ ਤਾਂ ਤੁਸੀਂ ਵੀ ਦੇਖ ਸਕਦੇ ਆ ਵੀਡੀਓ ਦੇ ਵਿੱਚ, ਜਿਹੜੀ ਆਪਾਂ ਕਹਿ ਸਕਦੇ ਆ ਵੀ ਅਨਮੋਲ ਰਤਨ, ਅਨਮੋਲ ਰਤਨ ਹੈ ਇਹ, ਬਹੁਤ ਜ਼ਿਆਦਾ ਚੰਗੀ ਬਰੀਡ ਹੈ। ਇਹ ਪਾਕਿਸਤਾਨ 'ਚ ਆਪਣੇ ਭਰਾ ਖੋਖਰ ਕੋਲ ਹੈ ਜਿਹੜੀ ਬਰੀਡ ਹੈ, ਤੁਸੀਂ ਬਾਕੀ ਜਾਣਦੇ ਹੋਵੋਗੇ, ਆਪਣੇ ਫੇਸਬੁੱਕ 'ਤੇ ਦੇਖੀਆਂ ਹੋਣਗੀਆਂ। ਇਹ ਬਰੀਡ ਹੈ ਜਿਹੜੀ ਬਾਕੀ ਜਿਹੜੇ ਡੋਗਰ ਸਾਹਿਬ ਹੈ ਉਹਨਾਂ ਵਾਲੀ ਬਰੀਡ ਹੀ ਹੈ ਇਹ, ਪਰ ਇੱਕ ਹੋਰ ਵੀ ਹੈ ਇਹਨਾਂ ਦੇ ਵਿੱਚ। ਇੱਕ ਚੀਜ਼ ਤੁਹਾਨੂੰ ਦਿਖਾਊਂਗਾ ਇੱਥੇ ਆਊਗੀ ਤਾਂ ਅਨਮੋਲ ਰਤਨ ਕਹਿ ਸਕਦੇ ਹਾਂ ਆਪਾਂ, ਬੜੇ ਚੰਗੇ ਆ ਪਾਕਿਸਤਾਨ ਦੇ ਵਿੱਚ, ਬਹੁਤ ਜ਼ਿਆਦਾ ਚੰਗੀ ਬਰੀਡ 'ਤੇ ਕੰਮ ਕਰੀ ਜਾਂਦੇ ਆ ਅਤੇ ਬੜੇ ਆਪਦੇ ਅਮਾਨ ਨਾਲ ਕੰਮ ਕਰਦੇ ਆ ਵੀ ਜਿਹੜੀ ਚੀਜ਼ ਲੋਕਾਂ ਦੇ ਕੋਲ ਰੂ ਰੂ ਕਰਾਵਾਂ। ਤਾਂ ਦਿਨ ਰਾਤ ਇੱਕ ਕੀਤੀ ਵੀ ਇਹਨਾਂ ਦੀ, ਇਹ ਚੀਜ਼ ਮੈਨੂੰ ਕਮੈਂਟ ਕਰਕੇ ਲਾਜ਼ਮੀ ਦੱਸਣਾ ਵੀ ਕਿਵੇਂ ਆ। ਇਹ ਜਿਹੜੀ ਡੁੱਗਰ ਵਾਲੀ ਬਰੀਡ ਦੇ ਵਿੱਚੋਂ ਆ ਗਿਆ, ਜਿਵੇਂ ਹੁਣ ਮੰਨ ਲਓ ਆਹ ਦੇਖੋ ਇੱਕ ਕੱਟੀ ਦੇਖੋ ਕਿੰਨੀ ਪਿਆਰੀ ਹੈ, ਜਿੱਧਰ ਨੂੰ ਜਾਣਾ ਮਤਲਬ ਮਗਰ ਮਗਰ, ਹੈ ਨਾ। ਕੋਈ ਵੀ ਬੱਚੇ ਨੂੰ ਜਦੋਂ ਆਪਾਂ ਪਿਆਰ ਕਰਦੇ ਹਾਂ ਉਹਨੇ ਬਸ ਉੱਦਾਂ ਹੀ ਰਹਿਣਾ ਆਪਣੇ ਕੋਲ, ਤਾਂ ਉਹਨੇ ਉੱਦਾਂ ਹੀ ਕਰਨਾ। ਤਾਂ ਹੀ ਕਹਿੰਦੇ ਹੁੰਦੇ ਵੀ ਫਾਰਮ ਦੇ ਵਿੱਚ ਪਿਆਰ ਕਰਨਾ ਵੀ ਜ਼ਰੂਰੀ ਹੈ ਇਹਨਾਂ ਦੇ ਨਾਲ, ਤਾਂ ਹੱਥ ਮਾਰਨਾ। ਤਾਂ ਬਾਕੀ ਫਾਰਮ ਬਹੁਤ ਸੋਹਣਾ ਪਿਆ ਪਿਆ। ਬਾਕੀ ਇੱਕ ਗੱਲ, ਜਿਹੜੀ ਇਹ ਵੀ ਬਰੀਡ ਹੈ, ਇਹ ਬਾਕੀ ਭਾਵਾਂ ਦੀ ਮਗਰ ਤੋਂ ਡੋਗਰ ਸਾਹਿਬ ਵਾਲੀ ਹੈ, ਪਰ ਇਹਨਾਂ ਦਾ ਇੱਕ ਜਿਵੇਂ ਜਬਰੂ ਆ ਗਿਆ, ਜਬਰੂ ਦੀ ਜਿਹੜੀ ਮਾਂ ਦਾ ਰਿਕਾਰਡ ਹੈ, ਗਾਹਾਂ ਉਹਦੀ ਨਾਨੀ ਦਾ ਰਿਕਾਰਡ ਹੈ, ਗਾਹਾਂ ਉਹਦੀ ਪੜਨਾਨੀ ਦਾ ਰਿਕਾਰਡ ਹੈ, ਮਤਲਬ ਇਹਨਾਂ ਦੇ ਵਿੱਚ ਉੱਦਾਂ ਦੇ ਇਹਨਾਂ ਨੇ ਨਗੀਨੇ ਸਾਂਭਲੇ ਜਿਨ੍ਹਾਂ ਦੀਆਂ ਮਤਲਬ ਮਾਵਾਂ ਤੋਂ ਨਾਨੀਆਂ ਪੜਨਾਨੀਆਂ ਤੱਕ ਦੇ ਰਿਕਾਰਡ ਹੈ। ਇਹ ਤਿੰਨ ਤਿੰਨ ਪੀੜ੍ਹੀਆਂ ਤੱਕ ਬਹੁਤ ਔਖਾ ਹੁੰਦਾ ਵੀ ਚੰਗੇ ਰਿਕਾਰਡ, ਚੰਗੇ ਚੈਂਪੀਅਨ ਬਣਨਾ ਜਾਂ ਕੋਈ ਚੈਂਪੀਅਨ ਬਣਨ ਦੀ ਗੱਲ ਇੱਕ ਅਲੱਗ ਹੈ। ਚਲੋ ਚੈਂਪੀਅਨ ਆਪਣੇ ਮੂੰਹ 'ਚੋਂ ਜ਼ਿਆਦਾ ਚੜਿਆ ਵਾ ਹੁੰਦਾ ਆਪਾਂ, ਕਿਉਂਕਿ ਮਿਲੇ ਮੁਲੇ ਜਾਂਦੇ ਰਹਿੰਦੇ ਵੀ ਜਿਹੜਾ ਕੁਛ ਵੀ ਆਪਾਂ ਚੀਜ਼ ਦੇ ਉੱਤੇ ਇੱਕ ਲੈਣ ਮੁਕਾਬਲ ਕੰਮ ਕਰਨਾ, ਆਪਣਾ ਨਾਮ ਬਣਾਉਣਾ, ਇਹ ਬਹੁਤ ਚੀਜ਼ ਔਖੀ ਹੈ। ਠੀਕ ਹੈ ਜੀ, ਇਹ ਲੈਣ ਦੇ ਵਿੱਚ ਇਹੀ ਹੈ ਜੇ ਦਿਨ ਰਾਤ ਇੱਕ ਕਰਦੇ ਹਾਂ ਆਪਾਂ, ਇਹਨਾਂ ਦੀ ਦਿਨ ਰਾਤ ਇੱਕ ਕੀਤੀ ਵੀ ਹੈ, ਤੁਸੀਂ ਉਹਨਾਂ ਦੀਆਂ ਪਰਸਨਲ ਵੀਡੀਓ ਵੀ ਦੇਖ ਸਕਦੇ ਹਾਂ। ਅਤੇ ਇਹ ਸਾਡੇ ਯਾਰ ਦਾ ਫਾਰਮ ਹੈ ਜੀ ਕੋਖਰ ਦਾ, ਦੇਖੋ ਕਿਵੇਂ ਲੱਗਿਆ। ਬਰੀਡ ਭਾਵੇਂ ਬਾਕੀ ਇਹ ਡੋਗਰ ਸਾਹਿਬ ਵਾਲੀ ਹੈ ਅਤੇ ਪਰ ਕੰਮ ਅਲੈਦਾ ਕਰ ਰਹੇ ਆ, ਤਾਂ ਪਾਕਿਸਤਾਨ ਦੇ ਵਿੱਚ ਬਹੁਤ ਚਰਚੇ, ਇਹਨਾਂ ਦੇ ਬੜੇ ਨਾਮ ਹੈ, ਇਹ ਤੁਸੀਂ ਸਾਰੇ ਜਾਣਦੇ ਹੀ, ਕਿਉਂਕਿ ਤਕਰੀਬਨ ਹੀ ਇਹ ਸਾਰੇ ਪਾਕਿਸਤਾਨ ਦੇ ਸਾਰੇ ਬਰੀਡਰ ਭਰਾਵਾਂ ਦੇ ਨਾਲ ਤੁਸੀਂ ਦੇਖਿਆ ਹੀ ਹੋਊਗਾ ਬਾਈ ਨੂੰ। ਅਤੇ ਬੜਾ ਚੰਗਾ ਇਹ ਵੀ ਜਿਹੜਾ ਬੋਲ ਹੈ, ਇਹ ਜਬਰੂ ਆ ਗਿਆ, ਇਹਦੀ ਮੈਂ ਗੱਲ ਕਰਦਾ ਸੀਗਾ ਵੀ ਇਹੋ ਜਿਹਾ ਬੋਲ ਆ ਗਿਆ ਇੱਕ, ਜਿਹਦੀ ਆਪਾਂ ਮਾਂ ਵੀ ਦੇਖ ਸਕਦੇ, ਜਿਹਦੀ ਆਪਾਂ ਨਾਨੀ ਵੀ ਦੇਖ ਸਕਦੇ ਹਾਂ, ਜਿਹਦੀ ਗਾਂ ਆਪਾਂ ਪੜਨਾਨੀ ਵੀ ਦੇਖ ਸਕਦੇ ਹਾਂ, ਤਾਂ ਜਿਹੜੇ ਪਿਓਾਂ ਦੀਆਂ ਮਾਂ ਵੀ ਦੇਖ ਸਕਦੇ ਹਾਂ। ਇਹ ਇਕੱਲਾ ਇੱਦਾਂ ਦਾ ਬੋਲ ਹੈ ਜਿਹਦੀਆਂ ਆਪਾਂ ਲੈਣੀ ਲੈਣਾ ਦੇਖ ਸਕਦੇ ਹਾਂ, ਗਾਂ ਦੀ ਗਾਂ ਇੰਨੇ ਵਰਲਡ ਰਿਕਾਰਡ ਦੁੱਧ ਦੇ। ਅਤੇ ਬਾਕੀ ਦੇਖੋ ਚਾਰ ਚੰਨ ਲੱਗ ਜਾਂਦੇ ਆ, ਹੈ ਨਾ, ਜਿੱਧਰ ਆਪਾਂ ਜੇ ਮੱਝਾਂ ਨੂੰ ਵੀ ਦੇਖੀਏ, ਰਿਕਾਰਡ ਬਣਾਉਣ ਵਾਲੇ ਬੱਲ ਦੇਖੀਏ, ਜਾਂ ਆਰਡਰ ਦੀਆਂ ਕੁਆਲਿਟੀਆਂ ਦੇਖੀਏ, ਨੀਲੀ ਦੇ ਵਿੱਚ ਮਧਰਾਈ ਛੋਟੀ ਗੋਡੀ ਸਰੀਰ ਸੁਧਾ ਆਰਡਰ ਵੱਡੇ ਦੁੱਧ ਦੀ ਕੰਡਸਟੀ ਜ਼ਿਆਦੇ। ਅਤੇ ਜੇ ਤੁਹਾਨੂੰ ਵਧੀਆ ਲੱਗੀ ਵੀਡੀਓ ਤਾਂ ਸ਼ੇਅਰ ਜ਼ਰੂਰ ਕਰਨੀ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਦੂਜੀਆਂ ਸੁਨੇਹਾ ਲੈ ਗਿਆ ਵੀਡੀਓ ਨੂੰ ਹਾਜ਼ਰ ਹੋਣੇ ਹੁਣ ਦੁਬਾਰੇ ਫਿਰ ਪਾਕਿਸਤਾਨ ਵਾਲੀਆਂ ਚੰਗੀਆਂ ਮੱਝਾਂ ਦੀਆਂ। ਬਾਕੀ ਮੱਝਾਂ ਦੀਆਂ ਵੀਡੀਓ ਅੱਗੇ ਵੀ ਦੁੱਖੀ ਦੇਖੀਆਂ ਵਾ, ਬੋਲਦੀਆਂ ਬਹੁਤ ਘੱਟ ਦੇਖੀਆਂ। ਜਿਹੜਾ ਜਬਰੂ ਬੋਲ ਇੱਕ ਇਹੋ ਜਿਹਾ ਜਿਹਦੀਆਂ ਮਤਲਬ ਤਿੰਨ ਤਿੰਨ ਚਾਰ ਚਾਰ ਪੀੜ੍ਹੀਆਂ ਵਿੱਚ ਮਤਲਬ ਬਹੁਤ ਜ਼ਿਆਦਾ ਚੰਗੇ ਰਿਕਾਰਡ ਆ ਗਏ। ਠੀਕ ਹੈ ਜੀ ਬਾਈ।